ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਬੇ, ਸਾਰਿਆਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਹੁਣ ਆਪਾਂ ਜਾ ਰਹੇ ਹਾਂ ਬਠਿੰਡੇ, ਅਤੇ ਉੱਥੇ ਆਪਾਂ ਜਾਵਾਂਗੇ ਕਿਲ੍ਹੇ 'ਚ, ਅਤੇ ਜੋ ਕਿਲ੍ਹੇ ਦਾ ਇਤਿਹਾਸ ਹੈ ਉਹ ਤੁਹਾਨੂੰ ਸਾਰਾ ਵਿਖਾਵਾਂਗੇ ਕਿਵੇਂ ਹੈ, ਅਤੇ ਨਾਲ ਮੇਰਾ ਖੁਰੀ ਫਰੈਂਡ ਹੈ ਨਾਲ ਮੇਰੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ, ਦੇਖੋ ਆਪਾਂ ਜਾਂਦੇ ਹਾਂ, ਚਲੋ ਜੀ। ਹੁਣ ਬਾਬੇ ਤੇਲ ਪਾਉਣ ਆਇਆ ਮੋਟਰਸਾਈਕਲ 'ਚ, ਅਤੇ ਤੇਲ ਪਵਾ ਕੇ ਆਪਾਂ ਅੱਗੇ ਜਾਵਾਂਗੇ। ਹੁਣ ਜਿਹੜਾ ਅੱਗੇ ਤਾਂ ਪ੍ਰੋਸੈਸ ਹੈ। ਹਾਂਜੀ ਬਾਬੇ, ਉਹ ਹੁਣ ਅਸੀਂ ਗੋਲ ਗੱਪੇ ਖਾ ਰਹੇ ਹਾਂ ਕਿਉਂਕਿ ਭੁੱਖ ਬਹੁਤ ਲੱਗੀ ਸੀਗੀ। ਅਤੇ ਬਾਈ ਆਪਣਾ ਕੀ ਖਾਊਗਾ? ਦਹੀਂ ਭੱਲੇ ਖਾਵਾਂਗੇ ਜੀ ਆਪਾਂ। ਇਹ ਦਹੀਂ ਹੁਣ ਗੋਲ ਗੱਪੇ ਖਾਵਾਂਗੇ ਅਸੀਂ। ਇੱਕ ਚਮਚਾ ਹੋਰ ਲਾਲਾ। ਹਾਂਜੀ ਬਾਬੇ, ਹੁਣ ਅਸੀਂ ਆਏ ਹਾਂ ਆਊਟਲੈਟਸ ਬਠਿੰਡਾ ਡਾਬਾ ਹੀ ਰੋਡ 'ਤੇ ਇਹ, ਅਤੇ ਬਹੁਤ ਹੀ ਸੋਹਣਾ, ਜਿਵੇਂ ਨਾ ਬਾਹਰ ਹੀ ਐਂ ਲੱਗਦਾ ਰਿਹਾ ਬਾਹਰ ਫਿਰਦੇ ਹੁੰਦੇ, ਜਿਵੇਂ ਬਾਹਰ ਫਿਰਦੇ ਹੁੰਦੇ ਆ। ਤੁਹਾਨੂੰ ਮੈਂ ਦਿਖਾਉਂਦਾ, ਦੇਖੋ ਬੈਕ ਕੈਮਰੇ ਨਾਲ ਦਿਖਾਤਾ, ਅਤੇ ਬਹੁਤ ਹੀ ਸੋਹਣਾ, ਬਹੁਤ ਹੀ ਪਿਆਰਾ, ਅਤੇ ਬਹੁਤ ਹੀ ਸੋਹਣਾ ਬਣਿਆ ਇਹ। ਜਦੋਂ ਵੀ ਤੁਸੀਂ ਆਓ ਅਤੇ ਆਪਦੇ 4 ਰੁਪਏ ਜੇਬ 'ਚ ਪਾ ਕੇ ਲੈ ਕੇ ਆਓ। ਜਦੋਂ ਵੀ ਤੁਸੀਂ ਬਠਿੰਡਾ ਆਓ ਇੱਥੇ ਜ਼ਰੂਰ ਆਓ, ਜ਼ਰੂਰ ਆਓ। ਬਹੁਤ ਹੀ ਸੋਹਣੇ ਇੱਥੇ ਆਊਟਲੈਟਸ ਬਣੇ ਨੇ। ਓ ਮਾਈ ਗੋਡ, ਇਹ ਕਿਹੜਾ ਰਿਲੈਂਸ ਟੋਮੀ ਹੈਲਪਿਕਰ ਦਾ, ਆਹ ਬਾਬੇ ਟੋਮੀ ਹੈਲਪਿਕਰ ਮਿਲ ਰਿਹਾ, ਠੀਕ ਆ। ਅਤੇ ਉਹ ਸਾਹਮਣੇ ਵੇਖੋ ਬਾਬੇ, ਲੋਕੇਸ਼ਨ ਬਹੁਤ ਹੀ ਸੋਹਣੀ ਆ ਰਹੀ ਆ। ਮੁੱਕੇ ਲਾਹ ਅਤੇ ਬਾਬਿਆਂ ਨੇ ਅਸੀਂ, ਅਤੇ ਬਾਬੇ ਨੇ ਐਨਕਾਂ ਲੱਗੀਆਂ, ਧੁੱਪੇ ਐਨਕਾਂ ਲੱਗੇ, ਮੈਂ ਵੀ ਐਨਕ ਲਾ ਕੇ ਵੇਖਾਂ ਬਾਬੇ। ਉਹ ਐਨਕਾਂ ਬਾਬੇ ਉਹ ਦੇਖੋ ਬਹੁਤ, ਇਹ ਪਤਾ ਕੀ ਗੱਲ ਹੈ ਗੁਰੀ, ਇਹ ਛਾਂ ਨੂੰ ਵਧੀਆ ਲੱਗਦੇ ਆ ਇਹ। ਬਾਕੀ ਅਜੇ ਬਣੀ ਜਾਂਦੇ ਬਾਬੇ, ਹਾਂ ਤਾਂ ਵੀ ਆਪਣੇ ਜਿਹੜੇ ਸਕ੍ਰੈਪਰ ਉਹਨਾਂ ਨੂੰ ਦਿਖਾਓ, ਸਕ੍ਰੈਪਰਾਂ ਨੂੰ ਆਹ ਸਕ੍ਰੈਪਰ ਦੇਖੋ। ਓ ਮਾਈ ਗੋਡ, ਸ਼ੋ ਮਾਈ ਸ਼ੋ, ਬਹੁਤ ਹੀ ਸੋਹਣਾ, ਬਹੁਤ ਹੀ। ਲਓ ਜੀ ਹੁਣ ਪਾਣੀ ਪੂਣੀ ਪੀ ਲਿਆ, ਅਤੇ ਇਸ ਤੋਂ ਬਾਅਦ ਵੇਖਦੇ ਹਾਂ ਕੀ ਬਣਦਾ। ਸੋਹਣਾ ਯਾਰ, ਠੀਕ ਹੈ, ਬਸ ਵਧੀਆ ਮਾਹੌਲ ਬਣੇ ਆ ਵਿੱਚ, ਸ਼ੋਪਿੰਗ ਕਰਨ ਵਾਸਤੇ। ਅਤੇ ਉਹ ਸਾਹਮਣੇ ਮੋਰ ਬਣੇ ਆ, ਗੁਰੀ ਕਹਿੰਦਾ ਮੇਰੀ ਫੋਟੋ ਉਹਦੇ ਨਾਲ ਖਿੱਚਦੇ ਮੋਰ ਨਾਲ, ਅਤੇ ਮੈਂ ਕਿਹਾ ਫਿਰ ਮੋਰ ਚਲੋ ਖਿੱਚਦੇ ਨੇ ਬਾਕੀ ਫੋਟੋ। ਹੁਣ ਹਾਂ, ਇੱਥੇ ਬੱਬੂ ਮਾਨ ਦਾ ਸਟੋਰ ਹੈ, ਇੱਥੇ ਕੀ ਨਾਂ ਕੀ ਆ? ਬੱਬੂ ਮਾਨ ਸਟੋਰ ਆਵੇ, ਇੱਥੇ ਬੱਬੂ ਮਾਨ ਸਟੋਰ ਵੀ ਆ, ਬੱਬੂ ਮਾਨ ਸਟੋਰ ਸਟੋਰ ਵੀ ਇੱਥੇ। ਅਤੇ ਹੋਰ ਉਹ ਤੁਹਾਨੂੰ ਮੈਂ ਮੋਰ ਦਿਖਾਉਂਦਾ, ਮੋਰ ਬਹੁਤ ਵੱਡੇ ਇੱਥੇ, ਅਤੇ ਬਣੇ ਉਹ ਮੈਨੂੰ ਲੱਗਦਾ ਲੋਹੇ ਦੇ ਆ, ਪਤਾ ਨਹੀਂ ਕਾਹਦੇ ਬਣੇ ਆ। ਪਹਿਲਾਂ ਜਾਣਾ ਸੀ ਕਿਲ੍ਹੇ ਜਾ ਕੇ, ਹੁਣ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਕੈਂਸਲ ਹੋ ਗਿਆ, ਕਿਉਂਕਿ ਟਾਈਮ ਟਾਈਮ 'ਤੇ ਸਾਡੇ ਜਿਹੜੇ ਪਲੈਨ ਆ ਉਹ ਚੇਂਜ ਹੁੰਦੇ ਰਹਿੰਦੇ ਆ। ਅਤੇ ਬਾਕੀ ਹੁਣ ਵੇਖਦੇ ਹਾਂ, ਆਹ ਤੁਹਾਨੂੰ ਮੈਂ ਮੋਰ ਦਿਖਾਉਂਦਾ ਹੁਣ, ਮੋਰ ਅਤੇ ਹੁਣ ਇੱਥੇ ਇੱਕ ਅੱਧੀ ਫੋਟੋ ਫੁੱਟ ਖਿੱਚ ਲਈਏ ਮੋਰਾਂ ਦੇ ਅਸੀਂ। ਹਾਂਜੀ ਬਾਬੇ, ਹੁਣ ਤੁਹਾਨੂੰ ਆਪਾਂ ਨਵੀਂ ਚੀਜ਼ ਦਿਖਾਉਣ ਲੱਗੇ ਹਾਂ, ਆਹ ਦੇਖੋ ਬਾਬੇ ਪਾਣੀ ਇੱਥੇ ਬਹੁਤ ਹੀ ਸੋਹਣਾ, ਦੇਖੋ ਬਾਬੇ
ਆਹ ਬਾਬੇ ਪਾਣੀ ਨਾ ਹੋਵੇ ਜੀ ਕਰੀ ਜਾਂਦੇ ਇੰਨੀ ਗਰਮੀ 'ਚ ਉਹ ਬੈਠਾ ਆਪਣਾ ਵੱਡਾ ਭਰਾ ਆਪਣਾ ਹੋ ਗਿਆ ਬਾਬੇ ਉਹ ਕੋਲ ਵੱਡਾ ਭਰਾ ਬੈਠਾ ਆਪਣਾ ਠੀਕ ਹੈ ਆਹ ਦੇਖੋ ਬਾਬੇ ਉਹ ਜਵਾਕਾਂ ਵਾਸਤੇ ਅਤੇ ਬਾਬੇ ਆਈਸਕ੍ਰੀਮਾਂ ਖਾਣ ਲੱਗਿਆ ਸੀਗਾ ਵੀ ਤੂੰ ਖਾਧੀ ਨਹੀਂ ਗਈ ਪਰ ਮੈਂ ਬਹੁਤ ਹੀ ਕੋਸ਼ਿਸ਼ ਕੀਤੀ ਬਹੁਤ ਹੀ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਮੈਂ ਕੁਲਫੀ ਖਾਣ ਲੱਗਿਆ ਬਸ ਬਾਬਾ ਤੈਨੂੰ ਉਹ ਚੀਜ਼ ਖਾਂਦੇ ਆਪਾਂ ਉਹ ਤਾਂ ਜਾਵਾਂਗੇ ਆਪਾਂ ਸ਼ੂਗਰ ਹੀ ਚੱਲ ਮੈਂ ਆ ਗਿਆ ਕੱਟਦੇ ਮਾੜਾ ਜਿਹਾ ਹਾਂ ਕੀ ਉਸਤਾਦ ਤੇਰੇ ਕੋਲੇ ਕਿ ਸ਼ੋਪਿੰਗ ਕਰੀ ਲੱਗਦੀ ਆ ਮੈਨੂੰ ਵਾਹਵਾ ਨਹੀਂ ਸ਼ੋਪਿੰਗ ਕਰੀ ਲੱਗਦੀ ਵਾਹਵਾ ਦੇਖੋ ਬਾਬੇ ਬਾਬੇ ਐਲ ਐਮ ਏ ਆ ਗਿਆ ਐਲ ਐਮ ਏ ਉਹ ਸਾਹਮਣੇ ਦੇਖੋ ਐਲ ਐਮ ਏ ਆਈ ਲਵ KFC ਚਲੋ ਬਾਬੇ ਮਿਲਦੇ ਹਾਂ ਬਾਅਦ 'ਚ ਆਪਾਂ ਹੁਣ ਆਪਾਂ ਬਹੁਤ ਕੁਛ ਤੁਹਾਨੂੰ ਵਿਖਾਤਾ ਇਹ ਡੱਬਾ ਹੀ ਡੋਰ 'ਤੇ ਆ ਆਊਟਲੈਟਸ ਜਿਵੇਂ ਸਾਹਮਣੇ ਹੈ ਅਤੇ ਮੈਂ ਐਕਚੁਅਲੀ ਧਿਆਨ ਮਾਰ ਕੇ ਵੀਡੀਓ ਬੰਦ ਕਰ ਦਿਓ ਜੀ ਅਤੇ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਜੋ ਤੁਹਾਨੂੰ ਵੀਡੀਓ ਵਧੀਆ ਲੱਗੀ ਆਪਾਂ ਹੋਰ ਇਸ ਤਰ੍ਹਾਂ ਵੀਡੀਓ ਨਵੀਂ ਵੀਡੀਓ ਬਣਾਵਾਂਗੇ ਠੀਕ ਹੈ ਸੋ ਲਵ ਯੂ ਆਲ